ਕਿਵੇਂ ਹੋ ਪਿਆਰੇ ਬੱਚਿਓ ਤੁਸੀਂ ਸਾਰੇ ਠੀਕ ਹੋ ਨਾ ਤੁਹਾਡੇ ਫਰੈਂਡ ਸਰਕਲ ਵਿੱਚ ਕੁਝ ਅਜਿਹੇ ਬੱਚੇ ਹੋਣਗੇ ਜੋ ਨਾ ਤਾਂ ਸਕੂਲ ਤੋਂ ਮਿਲਣ ਵਾਲਾ ਘਰ ਦਾ ਕੰਮ ਸਮੇਂ ਸਿਰ ਪੂਰਾ ਕਰਦੇ ਹਨ ਅਤੇ ਨਾ ਹੀ ਪੜ੍ਹਾਈ ਵਿੱਚ ਆਪਣਾ ਮਨ ਲਗਾਉਂਦੇ ਅਤੇ ਅਧਿਆਪਕਾਂ ਦੀ ਝਿੜਕਾਂ ਤੋਂ ਬਚਣ ਲਈ ਦੂਜਿਆਂ ਦੀ ਕਾਪੀ ਤੋਂ ਨਕਲ ਕਰਕੇ ਆਪਣਾ ਹੋਮਵਰਕ ਪੂਰਾ ਕਰਦੇ ਨੇ ਬੱਚਿਓ ਅਜਿਹਾ ਕਰਨ ਵਾਲੇ ਆਪਣਾ ਬਹੁਤ ਨੁਕਸਾਨ ਕਰਦੇ ਨੇ ਆਓ ਇਹ ਗੱਲ ਮੈਂ ਤੁਹਾਨੂੰ ਇੱਕ ਮਜ਼ਾਕੀਆ ਕਹਾਣੀ ਰਾਹੀਂ ਸਮਝਾਉਂਦੀ ਹਾਂ ਸਾਲਾਂ ਪੁਰਾਣੀ ਗੱਲ ਹੈ ਸ਼ਿਵਦਿਆਲ ਨਾਂ ਦਾ ਇੱਕ ਅਮੀਰ ਸੇਠ ਫੁਰਫੁਰੀ ਪਿੰਡ ਵਿੱਚ ਰਹਿੰਦਾ ਸੀ ਸ਼ਿਵਦਿਆਲ ਕੋਲ ਬਹੁਤ ਧਨ ਦੌਲਤ ਸੀ ਅਤੇ ਹਰ ਕੋਈ ਉਸਨੂੰ ਜਾਣਦਾ ਸੀ ਸ਼ਿਵਦਿਆਲ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਨਾਂ ਰੋਹਨ ਰੋਹਨ ਨੂੰ ਪਤਾ ਸੀ ਕਿ ਉਸਦੇ ਪਿਤਾ ਕੋਲ ਬਹੁਤ ਪੈਸਾ ਹੈ ਇਸ ਕਰਕੇ ਉਹ ਕੋਈ ਕੰਮ ਨਹੀਂ ਕਰਦਾ ਅਤੇ ਸਾਰਾ ਦਿਨ ਇੱਧਰ ਉੱਧਰ ਭਟਕਦਾ ਰਹਿੰਦਾ ਅਤੇ ਪੇਟ ਭਰ ਕੇ ਖਾਂਦਾ ਅਤੇ ਫਿਰ ਸੌ ਜਾਂਦਾ ਉਹ ਆਪਣਾ ਸਾਰਾ ਦਿਨ ਇਸੇ ਤਰ੍ਹਾਂ ਬਿਤਾਉਂਦਾ ਸਮਾਂ ਬੀਤਦਾ ਗਿਆ ਅਤੇ ਰੋਹਨ ਦੇ ਪਿਤਾ ਸ਼ਿਵਦਿਆਲ ਬੁੱਢੇ ਹੋ ਗਏ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਣੇ ਬੇਟੇ ਨਾਲ ਆਖਰੀ ਪਲਾਂ 'ਚ ਗੱਲ ਕੀਤੀ ਜਾਵੇ ਉਸਨੂੰ ਚੰਗੀ ਸਲਾਹ ਦਿੱਤੀ ਜਾਵੇ ਸ਼ਾਇਦ ਸਲਾਹ ਦੇਣ ਨਾਲ ਉਸਦਾ ਪੁੱਤਰ ਬਦਲ ਜਾਵੇ ਇਹੀ ਸੋਚ ਕੇ ਬਿਮਾਰ ਪਏ ਸ਼ਿਵਦਿਆਲ ਨੇ ਆਪਣੇ ਬੇਟੇ ਰੋਹਨ ਨੂੰ ਬੁਲਾਇਆ ਪਿਓ ਪੁੱਤਰ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਫਿਰ ਘਰ ਦਾ ਨੌਕਰ ਵੀ ਉੱਥੇ ਆ ਗਿਆ ਅਤੇ ਉਹ ਵੀ ਰੋਹਨ ਨੂੰ ਸਮਝਾਉਣ ਲੱਗਾ ਕਿ ਜੇ ਮਾਲਕ ਨੂੰ ਕੁਝ ਹੋ ਗਿਆ ਤਾਂ ਤੁਸੀਂ ਆਪਣਾ ਗੁਜ਼ਾਰਾ ਕਿਵੇਂ ਕਰੋਗੇ ਕਿਉਂਕਿ ਤੁਸੀਂ ਅੱਜ ਤੱਕ ਤਾਂ ਕੋਈ ਕੰਮ ਸਿੱਖਿਆ ਹੀ ਨਹੀਂ ਇਹ ਸੁਣ ਕੇ ਰੋਹਨ ਨੇ ਕਿਹਾ ਮੇਰੇ ਪਿਤਾ ਜੀ ਕੋਲ ਬਹੁਤ ਪੈਸਾ ਹੈ ਮੈਂ ਬਿਨਾਂ ਮਿਹਨਤ ਕੀਤੇ ਵੀ ਰਹਿ ਸਕਦਾ ਇਹ ਕਹਿ ਕੇ ਰੋਹਨ ਉੱਥੋਂ ਚਲਾ ਗਿਆ ਕੁਝ ਦਿਨ ਹੋਰ ਬੀਤ ਗਏ ਸ਼ਿਵਦਿਆਲ ਦੀ ਤਬੀਅਤ ਦਿਨੋ ਦਿਨ ਵਿਗੜਦੀ ਗਈ ਉਸਨੇ ਸੋਚਿਆ ਕਿ ਕਿਉਂ ਨਾ ਆਪਣੇ ਬੇਟੇ ਰੋਹਨ ਨੂੰ ਆਪਣੀ ਸਾਰੀ ਉਮਰ ਦੀ ਕਮਾਈ ਬਾਰੇ ਦੱਸ ਦੇਈਏ ਤਾਂ ਕਿ ਉਹ ਮੇਰੀ ਮੌਤ ਤੋਂ ਬਾਅਦ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕੇ ਸ਼ਿਵਦਿਆਲ ਨੇ ਆਪਣੇ ਪੁੱਤਰ ਨੂੰ ਬੁਲਾਇਆ ਅਤੇ ਕਿਹਾ ਬੇਟਾ ਮੇਰਾ ਆਖਰੀ ਸਮਾਂ ਆ ਗਿਆ ਹੈ ਮੇਰੇ ਮਰਨ ਤੋਂ ਬਾਅਦ ਤੂੰ ਨੀਲਗਿਰੀ ਪਰਬਤ 'ਤੇ ਜਾ ਉੱਥੇ ਤੈਨੂੰ ਤਿੰਨ ਰੁੱਖ ਇਕੱਠੇ ਨਜ਼ਰ ਆਉਣਗੇ ਵਿਚਕਾਰਲਾ ਰੁੱਖ ਪਿੱਪਲ ਦਾ ਹੋਵੇਗਾ ਜਿਸ ਦੇ ਹੇਠਾਂ ਮੈਂ ਆਪਣੀ ਉਮਰ ਭਰ ਦੀ ਕਮਾਈ ਦੱਬੀ ਹੋਈ ਹੈ ਕੁਝ ਦਿਨਾਂ ਬਾਅਦ ਸ਼ਿਵਦਿਆਲ ਦੀ ਮੌਤ ਹੋ ਗਈ ਪਿਤਾ ਦੀ ਮੌਤ ਤੋਂ ਬਾਅਦ ਰੋਹਨ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਆਇਆ ਉਸਨੇ ਆਪਣੇ ਪਿਤਾ ਦੀ ਕਮਾਈ ਨੂੰ ਘਰ ਚਲਾਉਣ ਲਈ ਵਰਤ ਲਿਆ ਰੋਹਨ ਨੇ ਸੋਚਿਆ ਕਿ ਘਰ ਦੀ ਦੌਲਤ ਤਾਂ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ ਹੁਣ ਕਿਉਂ ਨਾ ਮੇਰੇ ਬਾਪੂ ਦਾ ਉਹ ਖਜ਼ਾਨਾ ਬਾਹਰ ਕੱਢ ਲਿਆ ਜਾਵੇ ਜਿਹੜਾ ਉਸਨੇ ਜ਼ਮੀਨ ਵਿੱਚ ਛੁਪਾ ਕੇ ਰੱਖਿਆ ਹੈ ਬਸ ਫਿਰ ਕੀ ਸੀ ਰੋਹਨ ਨੀਲਗਿਰੀ ਪਰਬਤ ਵੱਲ ਤੁਰ ਪਿਆ ਰਸਤੇ 'ਚ ਉਸਨੂੰ ਦੋ ਅੰਨੇ ਬਜ਼ੁਰਗਾਂ ਦਾ ਜੋੜਾ ਮਿਲਿਆ ਰੋਹਨ ਦੇ ਪੈਰਾਂ ਦੀ ਆਵਾਜ਼ ਸੁਣ ਕੇ ਅੰਨੇ ਬਜ਼ੁਰਗ ਨੇ ਕਿਹਾ ਹੇ ਮੁਸਾਫਰ ਅਸੀਂ ਦੇਖ ਨਹੀਂ ਸਕਦੇ ਸਾਡੀਆਂ ਅੱਖਾਂ ਖਰਾਬ ਨੇ ਇੱਥੇ ਇੱਕ ਸ਼ੀਸ਼ਮ ਦਾ ਦਰਖਤ ਹੈ ਜਿਸ ਦੇ ਹੇਠਾਂ ਝਾੜੀਆਂ ਵਿੱਚ ਇੱਕ ਕੜਾ ਰੱਖਿਆ ਹੋਇਆ ਹੈ ਜੇਕਰ ਤੁਸੀਂ ਸਾਨੂੰ ਉਹ ਦੇ ਦਿਓ ਤਾਂ ਅਸੀਂ ਤੁਹਾਨੂੰ ਚੰਗਾ ਇਨਾਮ ਦੇਵਾਂਗੇ ਆਲਸੀ ਰੋਹਨ ਨੇ ਕਿਹਾ ਅੰਕਲ ਮੈਂ ਬਚਪਨ ਤੋਂ ਕਦੇ ਕੋਈ ਕੰਮ ਨਹੀਂ ਕੀਤਾ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਝਾੜੀਆਂ ਨੂੰ ਹਟਾ ਕੇ ਤੁਹਾਡੇ ਲਈ ਇੱਕ ਵੱਡਾ ਕੜਾ ਲਿਆਵਾਂ ਨਹੀਂ ਮੈਂ ਐਡਾ ਵੱਡਾ ਕੰਮ ਨਹੀਂ ਕਰ ਸਕਦਾ ਇਹ ਕਹਿ ਕੇ ਰੋਹਨ ਅੱਗੇ ਵੱਧ ਗਿਆ ਤੁਰਦੇ ਫਿਰਦੇ ਰੋਹਨ ਬਹੁਤ ਥੱਕ ਗਿਆ ਅਤੇ ਉਹ ਇੱਕ ਦਰਖਤ ਥੱਲੇ ਆਰਾਮ ਕਰਨ ਲੱਗਾ ਤਾਂ ਇੱਕ ਸਾਧੂ ਬਾਬਾ ਉੱਥੇ ਆ ਗਏ ਰੋਹਨ ਨੂੰ ਪੁੱਛਣ ਲੱਗੇ ਕਿ ਤੂੰ ਸ਼ਿਵਦਿਆਲ ਦਾ ਪੁੱਤਰ ਹੈ ਰੋਹਨ ਨੇ ਕਿਹਾ ਹਾਂ ਹਾਂ ਮੈਂ ਸ਼ਿਵਦਿਆਲ ਜੀ ਦਾ ਹੀ ਬੇਟਾ ਹਾਂ ਕੀ ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਮੇਰੇ ਪਿਤਾ ਨੇ ਸਾਰਾ ਖਜ਼ਾਨਾ ਕਿੱਥੇ ਲੁਕੋਇਆ ਹੈ ਸਾਧੂ ਬੋਲਿਆ ਹਾਂ ਜਿੱਥੇ ਤੂੰ ਬੈਠਾ ਹੈ ਨਾ ਉਸੇ ਦਰਖਤ ਦੇ ਹੇਠਾਂ ਇੱਕ ਸੰਦੂਕ ਦੱਬਿਆ ਹੋਇਆ ਹੈ ਜਿਸ ਵਿੱਚ ਤੇਰੇ ਪਿਤਾ ਨੇ ਆਪਣੀ ਮਿਹਨਤ ਦੀ ਕਮਾਈ ਲੁਕੋਈ ਹੋਈ ਹੈ ਮੇਰੇ ਕੋਲ ਉਸ ਸੰਦੂਕ ਦੀ ਚਾਬੀ ਹੈ ਇਹ ਸੁਣ ਕੇ ਰੋਹਨ ਖੁਸ਼ ਹੋ ਗਿਆ ਅਤੇ ਬੋਲਿਆ ਚਾਬੀ ਕਿੱਥੇ ਹੈ ਮੈਨੂੰ ਜਲਦੀ ਦੇ ਦਿਓ ਸਾਧੂ ਨੇ ਕਿਹਾ ਮੈਂ ਤੁਹਾਨੂੰ ਚਾਬੀ ਦੇ ਦੇਵਾਂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਵੀ ਆਪਣੇ ਪਿਤਾ ਵਾਂਗ ਗੁਰਦੱਖਣਾ ਦੇ ਰੂਪ ਵਿੱਚ ਮੇਰੇ ਕੋਲੋਂ ਇਹ ਚਾਬੀ ਹਾਸਿਲ ਕਰਨੀ ਪਵੇਗੀ ਤੁਹਾਨੂੰ ਮੇਰੇ ਕੋਲ ਰਹਿ ਕੇ ਪੂਰਾ ਪਾਠ ਕਰਨਾ ਪਵੇਗਾ ਅਤੇ ਫਿਰ ਉਹ ਗਿਆਨ ਮੇਰੇ ਸਾਰਿਆਂ ਚੇਲਿਆਂ ਨੂੰ ਵੀ ਦੇਣਾ ਪਵੇਗਾ ਇੰਨਾ ਹੀ ਨਹੀਂ ਤੁਹਾਨੂੰ ਆਪਣੇ ਗੁਰੂਆਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਾ ਪਵੇਗਾ ਇਹ ਸੁਣ ਕੇ ਰੋਹਨ ਬੋਲਿਆ ਮੈਂ ਤੇ ਸੇਵਾ ਕਦੇ ਨਹੀਂ ਮੈਨੂੰ ਕੋਈ ਖਜ਼ਾਨਾ ਨਹੀਂ ਚਾਹੀਦਾ ਮੈਂ ਜਾ ਰਿਹਾ ਇਹ ਕਹਿ ਕੇ ਰੋਹਨ ਉੱਥੋਂ ਚਲਾ ਗਿਆ ਜਦੋਂ ਰੋਹਨ ਵਾਪਸ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਜੰਗਲ 'ਚ ਉਸਦਾ ਸਾਹਮਣਾ ਇੱਕ ਸ਼ੇਰ ਨਾਲ ਹੋ ਗਿਆ ਸ਼ੇਰ ਜ਼ਮੀਨ 'ਤੇ ਬਹੁਤ ਸੁਸਤ ਪਿਆ ਸੀ ਸ਼ੇਰ ਨੂੰ ਦੇਖ ਕੇ ਰੋਹਨ ਬੋਲਿਆ ਹੇ ਸ਼ੇਰ ਵੀਰ ਤੇਰੇ ਕੋਲ ਨਾ ਤਾਂ ਸ਼ੇਰ ਵਰਗੀ ਜਾਨ ਹੈ ਅਤੇ ਨਾ ਹੀ ਤਾਕਤ ਸ਼ੇਰ ਬੋਲਿਆ ਕਿਸੇ ਸੰਨਿਆਸੀ ਨੇ ਮੈਨੂੰ ਸ਼ਰਾਪ ਦਿੱਤਾ ਸੀ ਕਿ ਮੇਰੀ ਭੁੱਖ ਉਦੋਂ ਹੀ ਜਾਗੇਗੀ ਜਦੋਂ ਮੇਰੇ ਸਾਹਮਣੇ ਕੋਈ ਅਜਿਹਾ ਵਿਅਕਤੀ ਆਵੇਗਾ ਜਿਸਨੇ ਜ਼ਿੰਦਗੀ ਵਿੱਚ ਕੋਈ ਕੰਮ ਨਹੀਂ ਕੀਤਾ ਹੋਵੇਗਾ ਅਤੇ ਜੋ ਬਹੁਤ ਹੀ ਆਲਸੀ ਹੋਵੇਗਾ ਇਹ ਸੁਣ ਕੇ ਰੋਹਨ ਬੋਲਿਆ ਹੇ ਸ਼ੇਰ ਭਾਈ ਬਸ ਇੰਨੀ ਜੀ ਗੱਲ ਕਿਉਂ ਚਿੰਤਾ ਕਰ ਰਹੇ ਹੋ ਮੈਂ ਇੱਥੇ ਹਾਂ
मैं अज तक अपनी जिंदगी विच कोई काम नहीं कीता। रोहन ने अपने थैले विच एक मुर्गे दा टुकड़ा कढ़िया अते शेर नूं खवा दित्ता। बस फिर की सी, शेर श्राप मुक्त हो गया अते ओह अपने असली रूप च आ गया। ओह मजबूत हो गया। इस तों पहला कि रोहन सावधान हो पांदा अते अपनी गलती दा एहसास करदा, भुखे शेर ने रोहन दा काम एक पल विच ही खत्म कर दिता। बच्चो मैनू दसो, तुहानू यह कहानी किहो जी लगी अते तुहानू इस कहानी तो की सबक मिलिया? यह कहानी सानू सिखाउंदी है कि सानू चोरी नहीं करनी चाहिए, सानू हमेशा अपना काम करदे रहना चाहिए है। ते जां अते हाँ, जेड़े आलसी हुंदे ने वह हमेशा अपना ही नुकसान करदे ने। सोचो जे रोहन ने सख्त मेहनत की हुंदी तां अज उसनू खजाने की पाल विच जंगलां च भटकना नहीं पैंदा अते ना ही शेर दा सामना करना पैंदा। इसलिए बच्चों नू हमेशा अपना काम पूरा करना चाहिए है अते मेहनत करन तो कदी पिछे नहीं हटना चाहिए।